ਤੇ ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਅਗਲੇ ਮਹੀਨੇ ਇਜ਼ਰਾਈਲ ਤੇ ਫਲਸਤੀਨ ਖੇਤਰ ਦਾ ਅਧਿਕਾਰਿਤ ਦੌਰਾ ਕਰਨ ਵਾਲੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪਹਿਲੇ ਮੈਂਬਰ ਹੋਣਗੇ। ਰਾਜਕੁਮਾਰ ਬ੍ਰਿਟਿਸ਼ ਸਰਕਾਰ ਵੱਲੋਂ ਪੱਛਮੀ ਏਸ਼ੀਆ ਦੇ 5 ਦਿਨਾਂ ਦੌਰੇ ਦੀ ਸ਼ੁਰੂਆਤ 24 ਜੂਨ ਨੂੰ ਜੋਰਡਨ ਦੀ ਰਾਜਧਾਨੀ ਅਮਾਨ ਤੋਂ ਕਰਨਗੇ ਅਤੇ ਦੌਰੇ ਦੀ ਸਮਾਪਤੀ ਯਰੂਸ਼ਲਮ ਵਿੱਚ ਹੋਵੇਗੀ। ਤੇ ਵਿਲੀਅਮ ਜੋਰਡਨ ਦੇ ਸ਼ਹਿਰ ਜੇਰਾਸ਼, ਇਜ਼ਰਾਈਲ ਦੇ ਟੈਲਲੀਵ ਅਤੇ ਫਲਸਤੀਨ ਦੇ ਸ਼ਹਿਰ ਰਾਮਲਲਾ ਵੀ ਜਾਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਅਤੇ ਉਹਨਾਂ ਦੇ ਪਿਤਾ ਪ੍ਰਿੰਸ ਚਾਰਲਸ ਯਰੂਸ਼ਲਮ ਦਾ ਦੌਰਾ ਕਰ ਚੁੱਕੇ ਨੇ, ਪਰ ਉਹ ਦੌਰੇ ਅਧਿਕਾਰਕ ਨਹੀਂ ਸਨ। ਕੈਨਸਿੰਗਟਨ ਪੈਲਸ ਨੇ ਕਿਹਾ ਕਿ ਬ੍ਰਿਟਿਸ਼ ਦੇ ਵਿਦੇਸ਼ ਮੰਤਰਾਲੇ ਦੀ ਬੇਨਤੀ ਦੇ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਅਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਲੀਅਮ ਦਾ ਦੌਰਾ ਖੇਤਰ ਨਾਲ ਡਿਪਲੋਮੈਟ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਹੱਲਾਸ਼ੇਰੀ ਦੇਣ ਲਈ ਮਹੱਤਵਪੂਰਨ ਅਤੇ ਚੰਗਾ ਮੌਕਾ ਹੈ।